ਅੱਜ ਗੱਲ ਕਰਾਂਗੇ ਰਕੇਸ਼ ਟਿਕੈਦੀ ਅਸੀਂ ਸਾਰੇ ਲੋਕ ਭਲੀ ਭਾਂਤੀ ਜਾਣੂ ਹਾਂ ਕਿਸਾਨੀ ਅੰਦੋਲਨ ਦੇ ਇੱਕ ਸਭ ਤੋਂ ਵੱਡੇ ਥੰਮ ਰਕੇਸ਼ ਟਿਕੈਦ ਤੋਂ ਤੁਹਾਨੂੰ ਦੱਸ ਦਈਏ ਕਿ ਸਦੀਆਂ ਤੋਂ ਰਕੇਸ਼ ਟਿਕੈਦ ਦਾ ਪਰਿਵਾਰ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹੈ ਇਹਨਾਂ ਦੇ ਪਿਤਾ ਜੀ ਵੀ ਬਹੁਤ ਵੱਡੇ ਕਿਸਾਨ ਆਗੂ ਸੀ ਔਰ ਕਿਸਾਨਾਂ ਦੇ ਹੱਕ ਦੀ ਹਮੇਸ਼ਾ ਉਹਨਾਂ ਵੱਲੋਂ ਗੱਲ ਕੀਤੀ ਜਾਂਦੀ ਸੀ ਬਹੁਤ ਵੱਡੇ ਵੱਡੇ ਅੰਦੋਲਨ ਇਹਨਾਂ ਦੇ ਪਿਤਾ ਜੀ ਨੇ ਕੀਤੇ ਔਰ ਜਦੋਂ ਤੋਂ ਪੰਜਾਬ ਵਿੱਚੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਉਸ ਤੋਂ ਬਾਅਦ ਹਰਿਆਣਾ ਨਾਲ ਆਇਆ ਬਹੁਤ ਪੰਜਾਬ ਦੇ ਦਿੱਗਜ ਜਿਹੜੇ ਨੇਤਾ ਨੇ ਕਿਸਾਨੀ ਅੰਦੋਲਨ ਨੂੰ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਜਿਨ੍ਹਾਂ ਨੇ ਕਿ ਆਪਣੀ ਸਾਰੀ ਉਮਰ ਕਿਸਾਨੀ ਅੰਦੋਲਨ ਨੂੰ ਦੇ ਦਿੱਤੀ ਹੈ ਔਰ ਉਸ ਤੋਂ ਬਾਅਦ ਪੰਜਾਬ ਨਾਲ ਹਰਿਆਣਾ ਆਇਆ ਹਰਿਆਣਾ ਤੋਂ ਬਾਅਦ ਯੂਪੀ ਆਇਆ ਔਰ ਹੁਣ ਐਸਾ ਟਾਈਮ ਹੈ ਕਿ ਕਿਸਾਨਾਂ ਤੋਂ ਇਲਾਵਾ ਹੋਰ ਸਾਰੇ ਵਰਗ ਵੀ ਕਿਸਾਨਾਂ ਦੇ ਹੱਕ 'ਚ ਆ ਗਏ ਨੇ ਔਰ ਸਰਕਾਰ ਖਿਲਾਫ ਜਗਾ ਜਗਾ ਦੇਸ਼ ਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੇਸ਼ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿੱਥੇ-ਜਿੱਥੇ ਵੀ ਭਾਰਤੀ ਵਸਦੇ ਨੇ ਆਪਾਂ ਜੀ ਫੋਰਨ ਕੰਟਰੀਜ਼ ਦੀ ਗੱਲ ਕਰੀਏ ਉੱਥੇ ਵੀ ਕਿਸਾਨਾਂ ਦੇ ਹੱਕ ਵਿੱਚ ਐਜੀਟੇਸ਼ਨ ਕੀਤੇ ਜਾ ਰਹੇ ਨੇ ਜੋ ਵੀ ਉਹਨਾਂ ਦਾ ਤਰੀਕਾ ਹੈ ਉਹ ਉਸੇ ਤਰੀਕੇ ਨਾਲ ਉੱਥੇ ਐਜੀਟੇਸ਼ਨ ਕਰ ਰਹੇ ਨੇ ਚਾਹੇ ਕੈਨੇਡਾ ਹੈ ਅਮਰੀਕਾ ਹੈ ਇਟਲੀ ਹੈ ਜਰਮਨ ਹੈ ਫਰਾਂਸ ਹੈ ਜਿੱਥੇ ਵੀ ਭਾਰਤੀ ਲੋਕ ਰਹਿ ਰਹੇ ਨੇ ਜਾਂ ਪੰਜਾਬੀ ਰਹਿ ਰਹੇ ਨੇ ਉਹਨਾਂ ਵੱਲੋਂ ਭਾਰਤ ਦੀ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਜਾਂ ਕਹਿ ਲਈਏ ਕਿ ਮੋਦੀ ਸਰਕਾਰ ਹੈ ਉਦੀ ਖਿਲਾਫਤ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੇਕਿਨ ਜੇ ਆਪਾਂ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕੇਂਦਰ ਦੀ ਸਰਕਾਰ ਕਿਸਾਨਾਂ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤੁਹਾਨੂੰ ਦੱਸ ਦਈਏ ਕਿ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਉਹਦੇ ਪੈਰਲਰ ਹੀ ਕਿਸਾਨਾਂ ਵੱਲੋਂ ਵੀ ਆਪਣੀ ਇੱਕ ਸੰਸਦ ਲਗਾਈ ਜਾ ਰਹੀ ਹੈ ਔਰ ਉਸੇ ਤਰੀਕੇ ਨਾਲ ਜਿਹੜੇ ਅਹੁਦੇਦਾਰ ਬਣਾਏ ਗਏ ਨੇ ਔਰ ਉਹ ਆਪਣੇ ਹੀ ਲੋਕਾਂ ਨੂੰ ਕਿਸਾਨਾਂ ਨੂੰ ਜਾਂ ਜਿਹੜੇ ਲੋਕ ਵੀ ਉਹਨਾਂ ਨਾਲ ਉੱਥੇ ਸ਼ਾਮਲ ਨੇ ਉਹਨਾਂ ਨੂੰ ਖਾਮੀਆਂ ਦੱਸੀਆਂ ਜਾ ਰਹੀਆਂ ਨੇ ਇਹਨਾਂ ਤਿੰਨੇ ਕਾਨੂੰਨਾਂ ਦੀਆਂ ਔਰ ਸਰਕਾਰ ਤੋਂ ਇਹ ਸਵਾਲ ساری ਦੁਨੀਆ ਪੁੱਛ ਰਹੀ ਹੈ ਕਿ ਤੁਸੀਂ ਕੀ ਸੋਚ ਕੇ ਇਹ ਕਾਨੂੰਨ ਬਣਾਏ ਨੇ ਜਦੋਂ ਕਿਸਾਨ ਰਾਜ਼ੀ ਨਹੀਂ ਹੈ ਕਿਸਾਨ ਦੁਖੀ ਹੈ ਕਿਸਾਨ ਕਹਿ ਰਿਹਾ ਹੈ ਕਿ ਇਹ ਮੇਰਾ ਡੈਥ ਵਾਰੰਟ ਹੈ ਔਰ ਉਸ ਤੋਂ ਬਾਅਦ ਕਿਸਾਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰਤਾਲਿਤ ਕੀਤਾ ਜਾ ਰਿਹਾ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਖਤਮ ਕਰ ਦਿੱਤਾ ਜਾਵੇ ਜੇ ਆਪਾਂ ਗੱਲ ਕਰੀਏ ਭਾਜਪਾ ਸਰਕਾਰ ਨੇ ਬੰਗਾਲ ਦੇ ਵਿੱਚ ਪੂਰੀ ਤਾਕਤ ਝੌਂਕਦੀ ਸੀ ਲੇਕਿਨ ਕਿਸਾਨਾਂ ਨੇ ਜਾ ਕੇ ਦੀਦੀ ਦੇ ਹੱਕ ਵਿੱਚ ਯਾਨੀ ਕਿ ਮਮਤਾ ਬਨਰਜੀ ਦੇ ਹੱਕ ਵਿੱਚ ਨਾਰਾ ਬੁਲੰਦ ਕੀਤਾ ਔਰ ਭਾਜਪਾ ਨੂੰ ਕੜੀ ਸ਼ਿਕਸਤ ਉੱਤੇ ਖਾਣੀ ਪਈ ਆ ਹੁਣ ਗੱਲ ਕਰੀਏ ਰਕੇਸ਼ ਟਕੈਤ ਦੀ ਤਾਂ ਰਕੇਸ਼ ਟਕੈਤ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਲਖਨਊ ਨੂੰ ਵੀ ਜਿਹੜੀ ਕਿ ਯੂਪੀ ਦੀ ਰਾਜਧਾਨੀ ਹੈ ਲਖਨਊ ਨੂੰ ਵੀ ਦਿੱਲੀ ਵਰਗਾ ਬਣਾ ਦਿੱਤਾ ਜਾਏਗਾ ਔਰ ਲਖਨਊ ਦੇ ਵੀ ਸਾਰੇ ਬਾਰਡਰ ਕਿਸਾਨ ਸੀਲ ਕਰਨਗੇ ਉੱਥੇ ਦੇ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਹੋਰ ਸਾਰਾ ਕੁਝ ਵੀ ਉਹਨਾਂ ਨੇ ਕਿਹਾ ਲੇਕਿਨ ਹੁਣ ਖਬਰਾਂ ਐਸੀ ਆ ਰਹੀਆਂ ਕਿ ਯੂਪੀ ਸਰਕਾਰ ਨੇ ਵੀ ਕਮਰ ਕੱਸ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਇੱਥੇ ਹੁੜਦੰਗ ਬਾਜ਼ੀ ਕਰੇਗਾ ਜਾਂ ਕੋਈ ਨਾਰੇਬਾਜ਼ੀ ਜਾਂ ਕਿਸੇ ਤਰੀਕੇ ਦਾ ਵੀ ਕੋਈ ਵਿਵਹਾਰ ਜਿਹੜਾ ਸਰਕਾਰ ਦੇ ਖਿਲਾਫ ਹੋਏਗਾ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੇਕਿਨ ਰਕੇਸ਼ਟ ਕਹਿਤ ਨੇ ਦੋ ਟੁਕ ਕਹਿ ਦਿੱਤਾ ਹੈ ਕਿ ਅਸੀਂ ਹੁਣ ਯੂਪੀ ਦਾ ਰੁਖ ਕਰਾਂਗੇ